ਲਓ ਵੀ ਘਰ ਘਰ ਗਊਆਂ ਜਿਹੜੀਆਂ ਨਾ ਹੁਣ ਪੁੱਛਣ ਚੱਲੀਆਂ ਸਾਰਿਆਂ ਨੂੰ ਵੀ ਜਿਹੜਾ ਕਾਓ ਸੈਸ ਲੈਂਦੇ ਹੈਗੇ ਇਹ ਸਾਡੇ ਨਾਂ 'ਤੇ ਟੈਕਸ ਲੈਂਦੇ ਹੈਗੇ, ਕਿੱਥੇ ਜਾਂਦਾ ਹੈਗਾ? ਅਸੀਂ ਤਾਂ ਫਿਰ ਗਲੀਆਂ 'ਚ ਘੁੰਮਦੀਆਂ ਪਈਆਂ ਨੇ, ਨਾ ਸਾਨੂੰ ਘਰ ਰਹਿਣ ਦੇ ਲਈ ਮਿਲਦਾ, ਨਾ ਸਾਨੂੰ ਖਾਣ ਲਈ ਮਿਲਦਾ। ਸਰਕਾਰ ਸਾਡੇ ਨਾਂ 'ਤੇ ਟੈਕਸ ਲੈਂਦੀ ਆ, ਕਾਓ ਸੈਸ ਲੈਣ ਲਈ ਸਰਕਾਰ ਨੇ ਕਈ ਕਾਨੂੰਨ ਬਣਾਏ ਹੋਏ ਨੇ। ਪਰ ਆ ਗਊਆਂ ਜਿਹੜੀਆਂ ਘਰ ਘਰ ਪੁੱਛਣ ਆ ਰਹੀਆਂ ਨੇ ਭਾਈ ਸਾਡਾ ਜਿਹੜਾ ਟੈਕਸ ਸਰਕਾਰ ਲੈ ਰਹੀ ਆ, ਕਾਰਪੋਰੇਸ਼ਨ ਲੈ ਰਹੀ ਆ, ਇਹ ਸਾਡਾ ਟੈਕਸ ਜਾਂਦਾ ਕਿੱਥੇ ਆ? ਕਹਿੰਦੇ ਘੱਟ ਤੋਂ ਘੱਟ ਸਾਡਾ ਬੇਜਵਾਨਾਂ ਦਾ ਜਿਹੜਾ ਟੈਕਸ ਆ ਉਹ ਤਾਂ ਸਾਨੂੰ ਵਾਪਸ ਕਰ ਦਿਓ, ਜੇ ਅਸੀਂ ਨਹੀਂ ਬੋਲ ਸਕਦੀਆਂ। ਲੋਕ ਘਰ ਘਰ ਆ ਰਹੀਆਂ ਨੇ ਹੁਣ, ਜਿੰਨੀਆਂ ਗਊਆਂ ਨੇ ਹੁਣ ਗਲੀ 'ਚ ਨਿਕਲ ਜਾਂਦੀਆਂ ਨੇ ਅਤੇ ਘਰ ਘਰ ਜਾ ਕੇ ਸਰਵੇ ਕਰ ਰਹੀਆਂ ਨੇ ਵੀ ਜਿਹੜਾ ਸਾਡਾ ਟੈਕਸ ਆ ਉਹ ਕਿੱਥੇ ਜਾ ਰਿਹਾ ਹੈਗਾ ਵਾ। ਆਹ ਦੇਖੋ ਸਾਰੀਆਂ ਗਊਆਂ ਇੱਥੇ ਆ ਗਈਆਂ ਗਲੀਆਂ ਦੇ ਵਿੱਚ, ਹੁਣ ਸਰਵੇ ਕਰ ਰਹੀਆਂ ਨੇ, ਪੁੱਛ ਰਹੀਆਂ ਨੇ ਘਰ ਘਰ ਜਾ ਕੇ ਵੀ ਸਰਕਾਰ ਸਾਡੇ ਨਾਂ 'ਤੇ ਟੈਕਸ ਦਾ ਕਰੋੜਾਂ ਰੁਪਏ ਇਕੱਠਾ ਕਰੀ ਜਾਂਦੀ ਹੈ, ਪਰ ਨਾ ਸਾਡੇ ਲਈ ਘਰ ਆ, ਨਾ ਸਾਡੇ ਲਈ ਖਾਣ ਲਈ ਆ, ਅਤੇ ਨਾ ਸਾਡੇ ਸਰਦੀਆਂ ਦਾ ਮੌਸਮ ਹੈਗਾ। ਅਸੀਂ ਹੁਣ ਬੱਚਿਆਂ ਨਾਲ ਕਿੱਦਾਂ ਘੁੰਮਦੀਆਂ ਪਈਆਂ ਨੇ, ਸਾਡੇ ਬੇਜਵਾਨ ਜਿਹੜੇ ਅਸਾਂ ਜਾਨਵਰ ਹੈਗੇ ਹਾਂ, ਸਾਡਾ ਤਾਂ ਜਿਹੜਾ ਬਣਦਾ ਹੱਕ ਆ ਸਾਨੂੰ ਦੇ ਦਿਓ। ਲਓ ਜੀ, ਆ ਲਓ ਜੀ, ਕੋਲ ਸੈਸ ਲਾਇਆ ਹੋਇਆ ਸਰਕਾਰ ਨੇ, ਪਰ ਸਰਕਾਰ ਦੀਆਂ ਜਿਹੜੀਆਂ ਪੋਲਸੀਆਂ ਨੇ, ਨੀਤੀਆਂ ਨੇ, ਸਿਸਟਮ ਨੇ, ਉਹ ਪਤਾ ਨਹੀਂ ਕਿਹੋ ਜਿਹੇ ਨੇ। ਇਹਨਾਂ ਦਾ ਪੈਸਾ ਵੀ ਸਰਕਾਰ ਛੱਡ ਦੇ ਗਊਆਂ ਦਾ ਜੀ।